ਅਤੇ ਪਟਿਆਲੇ ਦੇ ਵਿੱਚ ਜੋ ਡਾਕਟਰ ਗਾਂਧੀ ਨੂੰ ਲੈ ਕੇ ਜੋ ਥੋੜ੍ਹੇ ਬਹੁਤ ਟਕਸਾਲੀ ਕਾਂਗਰਸੀ ਨੇ ਉਹ ਕੁਛ ਨਾ ਕੁਛ ਗੱਲਾਂ ਕਹਿ ਰਹੇ ਨੇ, ਕਿਵੇਂ ਉਹਨਾਂ ਨੂੰ ਸਮਝਾ ਕੇ? ਬਈ ਟਕਸਾਲੀ ਕਾਂਗਰਸੀਆਂ ਦਾ ਫਰਜ਼ ਬਣਦਾ ਗੱਲਾਂ ਕਹਿਣ ਦਾ, ਔਰ ਸਾਡਾ ਫਰਜ਼ ਬਣਦਾ ਉਹਨਾਂ ਦੀਆਂ ਗੱਲਾਂ ਸੁਣਦਾ, ਕਿਉਂਕਿ ਉਹਨਾਂ ਨੇ ਆਪਦਾ ਪੂਰਾ ਜੀਵਨ ਲਾਤਾ। ਲਾਲ ਸਿੰਘ ਜੀ ਵਰਗੇ ਜਿਹੜੇ ਲੋਕ ਨੇ, ਹਰਦਿਆਲ ਕੰਬੋਜ ਜੀ ਵਰਗੇ, ਰਜਿੰਦਰ ਸਿੰਘ ਵਰਗੇ, ਮਦਨ ਜਲਾਲਪੁਰ ਸਾਹਿਬ ਵਰਗੇ, ਇਹਨਾਂ ਲੋਕਾਂ ਨੇ ਆਪਦਾ ਪੂਰਾ ਪੂਰਾ ਜੀਵਨ ਇਸ ਪਾਰਟੀ ਦੇ ਵਿੱਚ ਲਾਤਾ। ਸੋ ਮੈਂ ਸਮਝਦਾ ਕਿ ਅਗਰ ਉਹਨਾਂ ਦੀ ਕੋਈ ਨਾਰਾਜ਼ਗੀ ਹੈ, ਅਗਰ ਉਹਨਾਂ ਦੇ ਮਨ ਚ ਕੋਈ ਸ਼ੰਕਾ ਹੈ ਜਾਂ ਕੋਈ ਗੱਲ ਹੈ, ਉਹਨੂੰ ਦੂਰ ਕਰਨਾ ਸਾਡਾ ਫਰਜ਼ ਬਣਦਾ ਹੈ। ਔਰ ਮੈਨੂੰ ਪੂਰਨ ਆਪਦੇ ਉਹਨਾਂ ਲੀਡਰਾਂ ਤੇ ਵਿਸ਼ਵਾਸ ਹੈ ਕਿ ਉਹ ਚਟਾਂਗ ਵਾਂਗ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਣਗੇ ਔਰ ਕਾਂਗਰਸ ਪਾਰਟੀ ਦੇ ਨਾਲ ਚਟਾਂਗ ਵਾਂਗ ਖੜੇ ਰਹਿਣਗੇ ਔਰ ਕਾਂਗਰਸ ਦੇ ਉਮੀਦਵਾਰ ਦੀ ਮਦਦ ਕਰਨਗੇ। ਜਿਵੇਂ ਗੋਲਡੀ ਹੋਰਾਂ ਨੇ ਕੱਲ ਜੀ ਲਾਈਵ ਹੋਏ, ਉਸ ਤੋਂ ਬਾਅਦ ਵਿਜੇਂਦਰ ਸਿੰਘ ਨੇ ਹੋਰ ਵੀ ਕਿਤੇ ਕਿਤੇ ਨਾਲ ਕਰ ਰਹੇ ਸੀਗੇ, ਮੀਟਿੰਗ ਦੇ ਵਿੱਚ ਹੋਈਆਂ ਉਹਨਾਂ ਦੇ ਨਾਲ ਚਰਚਾਵਾਂ? ਮੈਨੂੰ ਤਾਂ ਯਾਰ ਲਾਈਵ ਹੋਣਾ ਜਾਂ ਨਾ ਹੋਣਾ ਜਾਂ ਆਪਦੇ ਮਨ ਦੀ ਗੱਲ ਕਹਿਣੀ ਹਰ ਬੰਦੇ ਦਾ ਹੱਕ ਬਣਦਾ। ਤੁਸੀਂ ਦੇਖੋ ਤਾਂ ਸਹੀ, ਅੱਜ ਗੋਲਡੀ ਹੋਰਾਂ ਨੇ ਵੀ ਕਿਸ ਪ੍ਰਕਾਰ ਨਾਲ ਫਰਾਗ ਦਿਲੀ ਨਾਲ, ਹਾਲਾਂਕਿ ਮੈਂ ਇਹ ਗੱਲ ਕਹਿ ਕੇ ਆਇਆ ਕਿ ਉਹਨਾਂ ਨਾਲ ਵਾਅਦਾ ਕੀਤਾ ਸੀ 2022 ਚ, ਮੈਂ ਕੀਤਾ ਸੀ, ਪਾਰਟੀ ਨੇ ਕੀਤਾ ਸੀ ਕਿ ਅਗਲੀ ਵਾਰੀ ਚੁਣਾਵ ਤੁਹਾਨੂੰ ਲੜਾਵਾਂਗੇ, ਲੇਕਿਨ ਸਮੀਕਰਨ ਐਸੇ ਬਣ ਗਏ ਕਿ ਖਹਿਰਾ ਸਾਹਿਬ ਨੂੰ ਚੁਣਾਵ ਲੜਾਉਣਾ ਪਿਆ। ਸੋ ਇਸ ਕਰਕੇ ਨਾਰਾਜ਼ਗੀ ਔਰ ਕਿਸੇ ਦਾ ਲਾਈਵ ਹੋਣਾ ਸੰਭਾਵਿਕ ਹੈ। ਸਾਡਾ ਖੁੱਲਾ ਪਰਿਵਾਰ ਹੈ, ਇਹ ਕੋਈ ਉਹ ਪਾਰਟੀ ਨਹੀਂ ਹੈ ਕਿ ਅਕਾਲੀ ਦਲ ਹੈ ਵੀ ਜੇ ਕੋਈ ਲਾਈਵ ਹੋ ਗਿਆ ਤਾਂ ਫਿਰ ਪਤਾ ਨਹੀਂ ਉਹਦੇ ਨਾਲ ਉਹਰਾ ਕੀ ਕਰਨਗੇ, ਜਾਂ ਆਮ ਆਦਮੀ ਪਾਰਟੀ ਹੈ ਵੀ ਜੇ ਕੋਈ ਕਿਸੇ ਨੇ ਵਿਅਕਤੀਗਤ ਆਪਦੇ ਵਿਚਾਰ ਰੱਖਤੇ ਤਾਂ ਫਿਰ ਉਹਨੂੰ ਪਾਰਟੀ ਚੋਂ ਕੱਢ ਦੇਣਗੇ। ਸਾਡੀ ਪਾਰਟੀ ਓਪਨ ਮਾਈਂਡ ਪਾਰਟੀ ਹੈ, ਡੈਮੋਕ੍ਰੇਟਿਕ ਪਾਰਟੀ ਹੈ, ਇਹਦੇ ਵਿੱਚ ਹਰ ਬੰਦੇ ਦੇ ਅਸੀਂ ਵਿਚਾਰ ਸੁਣਦੇ ਹਾਂ ਤੇ ਲੈਣੇ ਹਾਂ। ਰਾਜਾ ਜੀ, ਇੱਕ ਬਠਿੰਡਾ ਸੀਟ ਤੇ ਜੇਕਰ ਗੱਲ ਕੀਤੀ ਜਾਵੇ, ਪਿਛਲੀ ਵਾਰੀ ਤੁਸੀਂ ਤਕਰੀਬਨ 20,000 ਦਾ ਮਾਰਜਨ ਸੀ ਲੋਕ ਸਭਾ ਸੀਟ ਦਾ, ਜੇਕਰ ਜ਼ਿਕਰ ਕਰੀਏ, ਪੂਰੇ ਕੰਪੀਟੈਂਟ ਕੈਂਡੀਡੇਟ ਸੀਗੇ ਤੁਸੀਂ ਜਾਂ ਫਿਰ ਅਮਰਿਤਾ ਬੜਿੰਗ ਹੋਣੀ ਵੀ ਉੱਥੋਂ ਉਤਰ ਸਕਦੇ ਸੀ, ਕੀ ਅਜਿਹੇ ਕਾਰਨ ਰਹੇ ਕਿ ਟਿਕਟ ਜਾਂ ਕਿਸੇ ਹੋਰ ਨੂੰ ਉਮੀਦਵਾਰ? ਦੇਖੋ, ਇਹ ਫੈਸਲਾ ਪਾਰਟੀ ਨੇ ਲੈਣਾ ਹੁੰਦਾ ਹੈ। ਕੌਣ ਕਈ ਵਾਰੀ ਪਿਛਲੀ ਵਾਰੀ ਜਿੱਤੇ ਬੰਦੇ ਨੂੰ ਵੀ ਨਹੀਂ ਟਿਕਟ ਦੇਈਦੀ। ਮੇਰੇ ਤੁਸੀਂ ਤਾਂ ਕਹਿੰਦੇ ਹੋ ਮੈਂ ਤਾਂ 20,000 ਤੇ ਹਾਰਿਆ ਸੀ ਔਰ ਦੂਜੀ ਪਾਰਲੀਮੈਂਟ ਚ ਆ ਕੇ ਲੜਨਾ ਆਇਆ ਸੀ, ਮੇਰੀ ਪਾਰਲੀਮੈਂਟ ਫਰੀਦਕੋਟ ਹੈ। ਜਦੋਂ ਪਾਰਟੀ ਦਾ ਕੋਈ ਵਿਅਕਤੀ ਉੱਥੇ ਲੜਿਆ ਨਹੀਂ, ਉੱਥੇ ਔਖਾ ਸਮਾਂ ਸੀ, ਵੱਡੇ ਵੱਡੇ ਦਿੱਗੇ ਭੱਜ ਗਏ। ਰਾਜੇ ਵੜਿੰਗ ਨੂੰ ਕਿਹਾ, ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਤਿਆਰ ਹੈ। ਹੁਣ ਜਿਹੜਾ ਪਾਰਟੀ ਨੇ ਫੈਸਲਾ ਲਿਆ, ਕਿਉਂਕਿ ਬਹੁਤ ਵੱਡੀ ਮੇਰੀ ਜ਼ਿੰਮੇਵਾਰੀ ਹੈ, ਅੱਜ ਮੈਂ ਸੰਗਰੂਰ ਜਾ ਕੇ ਆਇਆ, ਉਹ ਸਾਰਾ ਕੰਮ ਠੀਕ ਹੋ ਗਿਆ, ਪਟਿਆਲੇ ਵੀ ਜਾ ਕੇ ਆਇਆ, ਸਾਰਾ ਕੰਮ ਬਾਬੇ ਦੀ ਕਿਰਪਾ ਦੇ ਨਾਲ ਠੀਕ ਹੋ ਜਾਏਗਾ। ਸੋ ਇਹ ਸਾਰੀਆਂ ਜਿਹੜੀਆਂ ਜ਼ਿੰਮੇਦਾਰੀਆਂ ਆਲ ਓਵਰ ਪੰਜਾਬ ਚ ਨਿਭਾਉਣ ਵਾਲੀ ਗੱਲ, ਉਹ ਮੈਂ ਕਰਨੀ ਸੀਗੀ। ਪਾਰਟੀ ਨੇ ਵੇਖਣਾ ਹੈ ਮੈਨੂੰ ਲੜਾਉਣਾ ਹੈ ਕਿ ਨਹੀਂ ਲੜਾਉਣਾ। ਰਾਜਾ ਵੜਿੰਗ ਆਪਦਾ ਫੈਸਲਾ ਥੋੜੀ, ਮੈਨੂੰ ਜਿਹੜੀ ਡਿਊਟੀ ਦਿੱਤੀ ਹੈ ਕਿ ਪਾਰਟੀ ਦੀ ਸੇਵਾ ਕਰਨੀ ਹੈ ਤੇ ਤੁਰੇ ਰਹਿਣਾ, ਤੁਸੀਂ ਕੰਮ ਕਰਨਾ, ਮੈਂ ਉਹ ਕਰ ਰਿਹਾ। ਜੇ ਪਾਰਟੀ ਕਹਿੰਦੀ ਮੈਨੂੰ ਲੜਨਾ ਹੈ, ਲੜ ਲੈਂਦਾ। ਹਾਂ ਬਈ, ਅੱਜ ਕੱਲ ਨਾਰਾਜ਼ਗੀ ਦਾ ਇਹ ਦੌਰ ਹੈ, ਇਹ ਮੌਸਮ ਹੈ, ਜਿਵੇਂ ਡੇਂਗੂ ਹੁੰਦਾ ਨਾ, ਡੇਂਗੂ ਹੁੰਦਾ ਹੈ, ਇਵੇਂ ਇਹ ਮੌਸਮ ਹੈ। ਚੁਣਾਵੀ ਮੌਸਮ ਸਮੇਂ ਬਹੁਤ ਸਾਰੇ ਲੋਕ ਨਾਰਾਜ਼ ਹੁੰਦੇ ਹੈ, ਬਹੁਤ ਸਾਰੇ ਲੋਕ ਰਾਜੀ ਹੁੰਦੇ ਹੈ। ਸੋ ਇਹ ਚੱਲਦਾ, ਤੁਸੀਂ ਦੇਖੋਗੇ ਅਜੇ ਤਾਂ ਜਦੋਂ ਪਿੰਡਾਂ ਚ ਅਸੀਂ ਜਾਵਾਂਗੇ, ਜਿਹੜੇ ਵਿਅਕਤੀਆਂ ਨੂੰ ਅਸੀਂ ਕਈਆਂ ਦੇ ਟੈਲੀਫੋਨ ਨਹੀਂ ਸੁਣੇ ਗਏ, ਕਈਆਂ ਦੇ ਦੁੱਖ ਸੁੱਖ ਤੇ ਨਹੀਂ ਅਸੀਂ ਗਏ, ਉਹਨਾਂ ਨੇ ਵੀ ਸਾਡੇ ਨਾਲ ਨਾਰਾਜ਼ਗੀਆਂ ਕਰਨੀਆਂ। ਸੋ ਇਹ ਨਾਰਾਜ਼ਗੀ ਵਾਲਾ ਇਹ ਮੌਸਮ ਚੱਲ ਰਿਹਾ ਜੀ। ਰਾਜਾ ਜੀ, ਜੇ ਬਠਿੰਡੇ ਤੋਂ ਇੰਡੀਪੈਂਡੈਂਟ ਬਲਕੌਰ ਸਿੰਘ ਆਉਂਦੇ ਨੇ, ਦੇਖੋ ਸਰਦਾਰ ਬਲਕੌਰ ਸਿੰਘ ਬਹੁਤ ਸੂਝਵਾਨ ਵਿਅਕਤੀ ਨੇ,
ਇਹ ਜੱਗੋ 13ਵਾਂ ਜਿਹੜਾ ਸਵਾਲ ਕਈ ਵਾਰੀ ਮੀਡੀਆ ਪੁੱਛਦਾ ਐਵੇਂ ਆਪਦੀ ਟੀ ਆਰ ਪੀ ਵਧਾਉਣ ਵਾਸਤੇ, ਉਹ ਕੋਈ ਕਿ ਚਲੋ ਲੋਕ ਇਸ ਗੱਲ ਨੂੰ ਸੁਣ ਲੈਣਗੇ, ਉਹ ਕੋਈ ਮੈਂ ਨਹੀਂ। ਬਲਕੌਰ ਸਿੰਘ ਜੀ ਨੂੰ ਅਸੀਂ ਕਿਹਾ ਸੀਗਾ ਕਿ ਅਗਰ ਤੁਸੀਂ ਚੁਣਾਵ ਲੜੋ ਪਾਰਟੀ ਦੇ, ਉਹਨਾਂ ਦੇ ਬੇਟਾ ਪਿਤਾ ਸਾਡੇ ਭਰਾ ਨੇ, ਪਾਰਟੀ ਦਾ ਇੱਕ ਮੁਖੀ ਸੀਗਾ, ਸੋ ਮੈਂ ਬਲਕੌਰ ਸਿੰਘ ਜੀ ਨੂੰ ਕਿਹਾ ਸੀ ਵੀ ਅਗਰ ਤੁਸੀਂ ਲੜਨੀ ਹੈ, ਉਹਨਾਂ ਨੇ ਕਿਹਾ ਕਿ ਨਹੀਂ ਮੈਂ ਚੁਣਾਵ ਨਹੀਂ ਲੜਨਾ ਚਾਹੁੰਦਾ। ਫਿਰ ਇਹ ਵੀ ਕਿਹਾ ਸੀ ਵੀ ਜੇ ਤੁਸੀਂ ਲੜਨੀ ਹੈ ਤਾਂ ਅਸੀਂ ਕੋਈ ਉਮੀਦਵਾਰ ਹੀ ਨਹੀਂ ਖੜਾ ਕਰਦੇ, ਉਹਨਾਂ ਨੇ ਤਦ ਵੀ ਕਿਹਾ ਸੀਗਾ ਕਿ ਮੈਂ ਚੁਣਾਵ ਨਹੀਂ ਲੜਾਂਗਾ। ਸੋ ਇਹ ਨਵੀਂ ਕਹਾਣੀ ਤੁਸੀਂ ਜਿਹੜੀ ਗੱਲ ਕਰਦੇ ਹੋ ਮੈਨੂੰ ਨਹੀਂ ਲੱਗਦਾ, ਜਿਹੜੀ ਚੀਜ਼ ਜੇ ਉਹ ਜੇ ਜਦੋਂ ਆਊਗੀ ਫਿਰ ਜੇ ਦਾ ਜਵਾਬ ਦੇਵਾਂਗੇ, ਹਜੇ ਉਹ ਜੇ ਨਹੀਂ ਹੈ, ਉਹ ਤੁਹਾਡੇ ਵੱਲੋਂ ਜੇ ਲਿਆਂਦੀ ਗਈ। ਇੱਕ ਲੁਧਿਆਣਾ ਤੇ ਹੁਣ ਹੁਸ਼ਿਆਰਪੁਰ ਦੀ ਲੀਡਰਸ਼ਿਪ ਵੀ ਇੱਥੇ ਸੀ, ਫਰੀਦਕੋਟ ਵਾਲੇ ਵੀ ਇੱਥੇ ਸੀਗੇ, ਕਦੋਂ ਤੱਕ ਜਿਹੜੇ ਹੈਗੇ ਨੇ ਕੈਂਡੀਡੇਟ ਵਗੈਰਾ ਜਾਂ ਜਿਹੜੇ ਇਹ ਮੀਟਿੰਗਾਂ ਚੱਲ ਰਹੀਆਂ ਨੇ ਅਨਾਊਂਸਮੈਂਟ? ਜਲਦੀ ਹੀ, ਕੋਈ ਪਤਾ ਨਹੀਂ ਰਾਤ ਨੂੰ ਹੀ ਹੋ ਜਾਣ। ਠੀਕ ਹੈ, ਇਹ ਤਾਂ ਫੈਸਲਾ ਲੈਣਾ, ਸਲਾਹ ਕਰਨੀ ਹੈ, ਚੱਕ ਦੇਣਾ ਕੰਮ।